ਚੰਡੀਗੜ੍ਹ ਦੇ ਵਿੱਚ 24/7 ਦੇ ਸੰਕਲਪ ਤੇ ਹਰ ਤਰ੍ਹਾਂ ਦੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਖੋਲੇ ਜਾਣ ਦਾ ਰਸਤਾ ਸਾਫ਼ ਹੋ ਗਿਆ। ਦਰਅਸਲ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਕਿਰਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਦੇ ਵਿੱਚ ਇਸ ਛੋਟ ਦੇ ਲਈ ਸ਼ਰਤਾਂ ਵੀ ਤੈਅ ਕੀਤੀਆਂ ਗਈਆਂ ਨੇ। ਪ੍ਰਸ਼ਾਸਨ ਨੇ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ ਐਕਟ 1958 ਦਾ ਪੰਜਾਬ ਐਕਟ ਨੰਬਰ 15 ਦਾ ਹਵਾਲਾ ਦਿੰਦਿਆਂ ਐਕਟ ਦੀ ਧਾਰਾ 9 ਸਬ ਸੈਕਸ਼ਨ 1 ਸੈਕਸ਼ਨ 10 ਤੇ ਸੈਕਸ਼ਨ 30 ਦੇ ਤਹਿਤ ਛੋਟ ਦਿੱਤੀ ਹੈ। ਚੰਡੀਗੜ੍ਹ ਦੇ ਵਪਾਰੀ ਇਸ ਗੱਲ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਪ੍ਰਸ਼ਾਸਨ ਦਾ ਇਹ ਫੈਸਲਾ ਜਿਸ ਨਾਲ ਈਜ਼ ਆਫ ਡੂਇੰਗ ਬਿਜ਼ਨਸ ਦੇ ਤਹਿਤ ਲਿਆ ਗਿਆ, ਲੋਕਾਂ ਨੂੰ ਦੇਰ ਰਾਤ ਤੱਕ ਵੀ ਖਰੀਦਦਾਰੀ ਦੇ ਲਈ ਬਾਹਰ ਜਾਣ ਦਾ ਵਿਕਲਪ ਮਿਲੇਗਾ। ਇਸ ਫੈਸਲੇ ਦੇ ਨਾਲ ਚੰਡੀਗੜ੍ਹ ਦੇ ਨਾਈਟ ਕਲਚਰ 'ਤੇ ਵੀ ਅਸਰ ਪਵੇਗਾ। ਫਿਲਹਾਲ ਸਮਾਂ ਜਿਹੜਾ ਰਾਤ 11 ਵਜੇ ਤੱਕ ਦਾ। ਸਰ 24 ਘੰਟੇ ਜਿਹੜਾ ਫਰਮਾਨ ਦੁਕਾਨਾਂ ਨੂੰ ਖੋਲ੍ਹਣ ਦਾ ਕੀਤਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਤੁਹਾਨੂੰ ਦੱਸ ਰਿਹਾ, ਇੱਕ ਕਿਸਮ ਦੀ ਬੇਵਕੂਫੀ ਹੈ। ਹਰ ਆਦਮੀ ਦੁਕਾਨਦਾਰ ਨੂੰ ਨੌਕਰ ਨੂੰ ਰੈਸਟ ਚਾਹੀਦੀ। ਇਹ ਤਾਂ ਹੈ ਨਹੀਂ ਕਿ ਉਹ 16 ਘੰਟੇ ਕੰਮ ਕਰੇ, 12 ਘੰਟੇ ਕਰੇ, 8 ਨਹੀਂ 9 ਕਰ ਲਏਗਾ, 10 ਕਰ ਲਏਗਾ, ਪਰ ਜੇ ਤੁਸੀਂ ਖਿੱਚੋਗੇ ਉਹ ਬਿਮਾਰ ਹੋਏਗਾ, ਦੁਕਾਨਦਾਰ ਬਿਮਾਰ ਹੋਏਗਾ। ਹੈਂ, ਦੁਕਾਨਦਾਰ ਦੇ ਚਲੋ ਬੱਚੇ ਬੈਠ ਗਏ ਜਾਂ ਉਹਦੀ ਵਾਈਫ ਬੈਠ ਗਈ, ਪਰ ਨੌਕਰ ਦੇ ਤਾਂ ਕਿੱਥੋਂ ਆਉਣਗੇ? ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਵੀ ਜਿਹੜਾ ਵਰਕਰਾਂ ਨੂੰ ਤੁਸੀਂ ਮੁਹੱਈਆ ਕਰਾਂਗੇ। ਹਾਂ, ਲੇਡੀਜ਼ ਦਾ ਵੱਖਰਾ ਉਹਨਾਂ ਨੇ ਦੱਸਿਆ, ਜੈਂਟਸ ਦਾ ਵੱਖਰਾ, ਕਿ 5 ਘੰਟੇ ਕੰਮ ਕਰਾਓ, 1 ਘੰਟਾ ਰੈਸਟ ਦਿਓ। ਤਾਂ ਪੋਸੀਬਲ ਨਹੀਂ, ਜਦੋਂ ਤੁਸੀਂ 4-5 ਘੰਟੇ ਬਾਅਦ ਉਹਨੂੰ ਰੈਸਟ ਦਿੰਦੇ ਹੋ, ਅਗਲਾ ਰੋਟੀ ਖਾ ਕੇ ਆ ਜਾਂਦਾ। ਹੁਣ ਇਹ ਥੋੜ੍ਹਾ ਕੁ ਉਹਨੇ 15 ਘੰਟੇ ਕੰਮ ਕਰਨਾ ਇੱਕ ਵਰਕਰ ਨੇ, ਜਾਂ ਫਿਰ ਤੁਸੀਂ 2 ਸ਼ਿਫਟਾਂ ਚਲਾਓ। ਸਰ ਕੀ ਨਾਮ ਹੈ ਆਪਣਾ, ਕਿਸ ਚੀਜ਼ ਦੀ ਦੁਕਾਨ? ਮੇਰਾ ਰਘਵੀਰ ਸ਼ਰਮਾ ਨਾਮ ਹੈ ਜੀ, ਮੇਰਾ ਰੈਸਟੋਰੈਂਟ ਹੈ ਛੋਟਾ ਜਿਹਾ ਸਤਾਰਾ ਦੇ ਵਿੱਚ। 24 ਘੰਟੇ ਜਿਹੜੇ ਦੁਕਾਨ ਖੋਲ੍ਹਣ ਦੇ ਬਾਰੇ, ਦੇਖੋ ਜੀ 24 ਘੰਟੇ ਦੇ ਵਿੱਚ ਡਬਲ ਸਟਾਫ ਰੱਖਣਾ ਪਏਗਾ, ਡਬਲ ਸਟਾਫ ਦੇ ਵਿੱਚ ਇੰਨਾ ਸਾਨੂੰ ਬੈਨੀਫਿਟ ਨਹੀਂ ਮਿਲੇ, ਤਨਖਾਹ ਡਬਲ ਪੈ ਜਾਣੀ ਹੈ, ਸਭ ਚੀਜ਼ ਡਬਲ ਪੈ ਜਾਣੀ ਹੈ। ਇਹ ਤਾਂ ਛੋਟੇ ਦੁਕਾਨਦਾਰਾਂ ਵਾਸਤੇ ਬਿਲਕੁਲ ਨਹੀਂ ਹੈ, ਇਹ ਤਾਂ ਮਾਲ ਵਾਸਤੇ ਹੈ। ਜਿਹੜੇ ਵੱਡੇ ਵੱਡੇ ਮਾਲ ਹੈ ਉਹ ਜਿਹੜੇ ਖੁੱਲ੍ਹਦੇ ਉਹਨਾਂ ਵਾਸਤੇ ਬੈਟਰ ਹੈ, ਸਾਡੇ ਛੋਟੇ ਦੁਕਾਨਦਾਰਾਂ ਵਾਸਤੇ ਕੋਈ ਬੈਟਰ। ਸੁਰੇਸ਼ ਇਸੇ ਕਰਕੇ ਤਾਂ ਅਸੀਂ ਇੰਟਰਸਟਡ ਨਹੀਂ ਹੈ ਕਿ ਅਸੀਂ 24 ਘੰਟੇ ਸੁਰੱਖਿਆ ਮੁਹੱਈਆ ਕਰਾਵਾਂਗੇ, ਉਹਦਾ ਵੀ ਖਰਚਾ ਪਏਗਾ ਸਾਨੂੰ, ਠੀਕ ਹੈ ਜੀ, ਸਟਾਫ ਦਾ ਖਰਚਾ ਪਏਗਾ, ਦਿਨ ਰਾਤ ਦਾ ਖਰਚਾ ਪਏਗਾ, ਉਹਦੇ ਅੰਦਰ ਇੰਨੀ ਸੇਲ ਨਹੀਂ ਹੋਏਗੀ ਸਾਡੀ ਛੋਟੇ ਦੁਕਾਨਦਾਰ ਨੂੰ। ਹਾਂ, ਮਾਲ ਕਲਚਰ ਦੇ ਵਿੱਚ ਹੈ, ਅੱਜ ਟ੍ਰੈਂਡਿੰਗ ਮਾਲ ਕਲਚਰ ਦਾ ਚੱਲਿਆ। ਸਰ ਇਹਦੇ ਵਿੱਚ ਵੈਸੇ ਤਾਂ ਇੱਕ ਗੱਲ ਦੱਸਾਂ, ਇਹ ਤਾਂ ਇੱਕ ਸਭ ਤੋਂ ਵੱਡਾ ਤਾਂ ਇੱਕ ਮੁੱਦਾ ਇਹ ਹੈ, ਕ੍ਰਾਈਮ ਨੂੰ ਵਾਧਾ ਮਿਲਣਾ, ਸਭ ਤੋਂ ਵੱਡਾ ਤਾਂ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਨੂੰ ਇਸ ਲਈ ਵਾਧਾ ਮਿਲਣਾ ਕਿਉਂਕਿ ਇੱਕ ਤਾਂ ਵੈਸੇ ਤਾਂ ਇਹ ਚੀਜ਼ ਗਲਤ ਹੈਗੀ ਹੈ, ਠੀਕ ਹੈ, ਇਹ ਮੌਲਾਂ ਨੂੰ ਜ਼ਿਆਦਾ ਬੈਨੀਫਿਟ ਦੇ ਰਹੇ ਹੈ, ਜਿਹੜੇ ਮੌਲਸ ਵਗੈਰਾ ਹੈਗੇ ਆ ਉੱਥੇ ਕਲੱਬ ਵਗੈਰਾ ਹੈਗੇ ਆ, ਮਤਲਬ ਛੋਟੇ ਦੁਕਾਨਦਾਰ ਨੂੰ ਤਾਂ ਮਾਰ ਰਹੇ, ਖਤਮ ਕਰ ਰਹੇ ਜਿਹੜੇ ਲੋਕਲ ਦੁਕਾਨਦਾਰ ਹੈਗੇ ਆ। ਹੁਣ ਕਦੀ ਅਸੀਂ ਬਾਹਰ ਗਏ ਹਾਂ, ਬਾਹਰ ਫੋਰਨ 'ਤੇ ਵੀ ਗਏ ਹਾਂ, ਫੋਰਨ ਦੇ ਵਿੱਚ ਵੀ ਇੱਕ ਡਿਸਿਪਲਿਨ ਹੈਗਾ ਜਿੱਥੇ ਕਿ 7 ਵਜੇ ਦੁਕਾਨਾਂ ਬੰਦ ਹੁੰਦੀਆਂ, ਛੁੱਟੀ ਵੀ ਹੁੰਦੀ ਹੈਗੀ ਹੈ, ਮਤਲਬ ਇਹ ਤਾਂ ਇਹ ਕਹਿ ਰਹੇ ਕਿ 24 ਆਵਰ ਕੰਮ ਕਰੋ ਤੁਸੀਂ, ਮਤਲਬ ਇਹ ਤਾਂ ਇਹ ਚੀਜ਼ ਕਹਿਣਾ ਚਾਹੁੰਦੇ ਆ ਜੋ ਕਿ ਸਰਾਸਰ ਗਲਤ ਹੈਗਾ। ਬਾਕੀ ਮੈਂ ਇਹ ਕਹਾਂਗਾ ਕਿ ਵਪਾਰੀਆਂ ਦੇ ਨਾਲ ਡਿਸਕਸ ਕਰਨਾ ਚਾਹੀਦਾ ਸੀ ਇਹਨਾਂ ਨੂੰ, ਪ੍ਰਸ਼ਾਸਨ ਨੂੰ ਇਹ ਜੇ ਫੈਸਲਾ ਲੈ ਰਹੀ ਹੈ, ਬਾਕੀ ਇਹ ਚੀਜ਼ ਗਲਤ ਹੈਗੀ ਹੈ। ਇਹ ਤਾਂ ਇੱਕ ਫੂਡ ਨੂੰ ਜਿੱਦਾਂ ਖਾਣ ਪੀਣ ਵਾਲੀ ਜਗ੍ਹਾ ਨੂੰ ਵਾਧਾ ਦੇ ਰਹੇ ਹੈ, ਤੁਹਾਨੂੰ ਪਤਾ ਨਾਈਟਸ ਕਲੱਬਾਂ ਨੂੰ ਵਾਧਾ ਦੇ ਰਹੇ ਹੈ, ਜਿਹੜੇ ਕਲੱਬ 2 ਵਜੇ ਤੱਕ ਤਾਂ ਖੁੱਲ੍ਹਦੇ ਸੀਗੇ ਹੁਣ ਮਤਲਬ ਪੂਰੀ ਰਾਤ ਖੁੱਲ੍ਹਾ ਕਰੇਂਗੇ, ਕਲੱਬਾਂ ਨੂੰ ਵੀ ਵਾਧਾ ਮਿਲਿਆ ਇਸ ਚੀਜ਼ ਦਾ। ਹਰੇਕ ਚੀਜ਼ ਨੂੰ ਕ੍ਰਾਈਮ ਵਧੇਗਾ, ਲੜਾਈਆਂ ਕਿੰਨੀਆਂ ਹੁੰਦੀਆਂ ਸ਼ਹਿਰ ਦੇ ਵਿੱਚ, ਫਿਰ ਡਿਸਿਪਲਿਨ ਨੂੰ ਕਾਨੂੰਨ ਫਿਰ ਹੋਰ ਜ਼ਿਆਦਾ ਸਖਤ ਹੋਏਗਾ, ਪੁਲਿਸ ਦੀ ਡਿਊਟੀ ਜ਼ਿਆਦਾ ਸਖਤ ਹੋਏਗੀ, ਮਤਲਬ ਇਹ ਹੋ ਜਾਏਗਾ ਕਿ ਸ਼ਹਿਰ ਬਿਜ਼ੀ ਹੋ ਜਾਏਗਾ, ਮਤਲਬ ਆਪਾਂ ਇਹ ਕਰਨਾ ਚਾਹੁੰਦੇ ਹੈਗੇ।
ਬਾਕੀ ਇਹ ਚੀਜ਼ ਦਾ ਆਪਾਂ ਫੈਸਲਾ ਗਲਤ ਹੈਗਾ।